ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਦੇ ਦੀਵਾਨ ਹਾਲ ਦੀ ਸੇਵਾ ਜ਼ੋਰਾਂ 'ਤੇ ਚੱਲ ਰਹੀ ਹੈ। ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਦੇ ਦੀਵਾਨ ਹਾਲ ਦੀ ਸੇਵਾ ਚੰਗੀ ਪੱਧਰ 'ਤੇ ਹੋ ਰਹੀ ਹੈ। ਹੈੱਡ ਗ੍ਰੰਥੀ ਬਾਬਾ ਕੁਲਵੰਤ ਸਿੰਘ ਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਜੋੜ ਮੇਲਾ 26 ਅਤੇ 27 ਜਨਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੈਪਟਨ ਬਲਵੰਤ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਸਰਵਨ ਸਿੰਘ ਆਦਿ ਹਾਜ਼ਰ ਸਨ। ਹਾਂਜੀ ਬਾਬਾ ਜੀ, ਜਿਹੜੇ ਆਪਣੀ ਕਾਰ ਸੇਵਾ ਚੱਲ ਰਹੀ ਹੈ ਦੀਵਾਨ ਹਾਲ ਦੀ, ਉਹ ਕਿੰਨੇ ਤੱਕ ਮੁਕੰਮਲ ਹੋ ਜੂਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਸਥਾਨਾਂ ਦੀ ਕਾਰ ਸੇਵਾ ਬਾਬਾ ਜੀ, ਬਾਬਾ ਭਾਈ ਸਾਹਿਬ ਭਾਈ ਗੁਰਕਿਰਪਾਲ ਸਿੰਘ ਜੀ ਕਰਾ ਰਹੇ ਹਨ। ਜਿਹੜੇ 5 ਨੂੰ ਬਾਬਾ ਜੀ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, 26 ਨੂੰ ਨਗਰ ਕੀਰਤਨ ਹੋਵੇਗਾ ਅਤੇ 27 ਨੂੰ ਭੋਗ ਪੈਣਗੇ। ਸੋ ਤਨ ਮਨ ਧਨ ਦੇ ਨਾਲ ਇਲਾਕਾ ਸੇਵਾ ਕਰ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਸਾਧ ਸੰਗਤ ਨੂੰ ਬੇਨਤੀ ਆ, ਵੱਧ ਚੜ੍ਹ ਕੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਪਹੂਵਿੰਡ ਸਾਹਿਬ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਬੋਲ ਰਿਹਾ ਹਾਂ। ਇੱਥੇ ਜਿਹੜਾ ਦੀਵਾਨ ਹਾਲ ਬਣ ਰਿਹਾ ਵਾ, 1 ਲਗਭਗ ਹੋ ਗਿਆ ਵਾ, ਉਹਦੀ ਜਿਹੜੀ ਸਕਾਰ ਸੇਵਾ ਵਾ ਬੜੇ ਜ਼ੋਰਾਂ 'ਤੇ ਚੱਲ ਰਹੀ ਆ। ਅਤੇ ਲਗਭਗ ਜਿਹੜੀ 31 ਬਿਲਡਿੰਗ ਅਸੀਂ ਸ਼ੁਰੂ ਕੀਤੀ ਸੀ ਉਹਦਾ ਜਿਹੜਾ ਤਿਆਰੀ ਬਿਲਕੁਲ ਹੋ ਚੱਲੀ ਹੈ। 24 ਤਰੀਕ ਤੱਕ ਅਸੀਂ ਉਹਨੂੰ ਮੁਕੰਮਲ ਕਰ ਦੇਣਾ ਵਾ। ਬਹੁਤ ਜ਼ੋਰਾਂ 'ਤੇ ਸੰਗਤਾਂ ਸੇਵਾ ਕਰ ਰਹੀਆਂ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਲਖਬੀਰ ਸਿੱਧੂ, ਦਿਵਿਆ ਪੰਜਾਬ ਟੀਵੀ, ਭਿੱਖੀਵਿੰਡ।